ਮੈਂ ਬਲਕਾਰ ਸਿੰਘ ਆ ਜੀ ਗੋਇੰਦਵਾਲ ਤਰਨ ਤਾਰਨ ਅੰਮ੍ਰਿਤਸਰ ਤੋਂ ਮੈਂ ਮਾਝੇ ਤੋਂ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਤੋਂ ਆਇਆ ਤਕਲੀਫ ਇਹ ਸੀ ਰੀੜ੍ਹ ਦੀ ਹੱਡੀ ਨੂੰ ਤਕਲੀਫ ਸੀ ਅਤੇ ਜਿਸ ਕਾਰਨ ਲੱਤਾਂ ਨੂੰ ਤਕਲੀਫ ਸੀ ਉਹ ਜਿਸ ਵੇਲੇ ਰੀੜ੍ਹ ਦੀ ਹੱਡੀ ਉਹਨਾਂ ਨੇ ਸਾਫ਼ ਕਰ ਦਿੱਤੀ ਅਤੇ ਲੱਤਾਂ ਦੀ ਤਕਲੀਫ ਜਿਹੜੀ ਸੀ ਉਹ ਦੂਰ ਹੋ ਗਈ ਇਸ ਤਰ੍ਹਾਂ ਅਖਬਾਰ ਦੇ ਵਿੱਚ ਵੀ ਪੜ੍ਹੀਦਾ ਸੀ ਅਤੇ ਕੁਝ ਸਿਆਣੇ ਲੋਕਾਂ ਤੋਂ ਵੀ ਪਤਾ ਲੱਗਾ ਸੀ ਵੀ ਦੂਜੀਆਂ ਸਟੇਟਾਂ ਦੇ ਵਿੱਚ ਇਲਾਜ ਜਿਹੜਾ ਸੁਚੱਜੇ ਢੰਗ ਨਾਲ ਅਤੇ ਸਸਤਾ ਕੀਤਾ ਜਾਂਦਾ ਇਸ ਲਈ ਸਾਨੂੰ ਆਪਣੀ ਸਟੇਟ ਛੱਡ ਕੇ ਇੱਥੇ ਆਉਣਾ ਪਿਆ ਡਾਕਟਰ ਤਾਂ ਬਹੁਤ ਅੱਛੇ ਤਰੀਕੇ ਨਾਲ ਮਿਲਿਆ ਸੀ ਸਾਡਾ ਸਾਰੇ ਚੀਜ਼ਾਂ ਨੂੰ ਵੇਖ ਕੇ ਜਾਣਕਾਰੀ ਲੈ ਕੇ ਫਿਰ ਉਹਨੇ ਸਾਰੇ ਟੈਸਟ ਵਗੈਰਾ ਵੀ ਕਰਵਾਏ ਸੀ ਕੀਤੇ ਸੀ ਅਤੇ ਜਿਸ ਕਰਕੇ ਉਹਨੇ ਫਿਰ ਉਹ ਪ੍ਰੈਸ਼ਨ ਕਰਨ ਦੀ ਸਟੇਜ 'ਤੇ ਪਹੁੰਚਿਆ ਅਤੇ ਫਿਰ ਉਹਨੇ ਆਪਣੀ ਪਾਰਟੀ ਦੇ ਨਾਲ ਮੇਰਾ ਪ੍ਰੈਸ਼ਨ ਕਰ ਦਿੱਤਾ ਅਤੇ ਮੈਨੂੰ ਦਰੁਸਤ ਬਿਲਕੁਲ ਠੀਕ ਕਰ ਦਿੱਤਾ ਡਾਕਟਰਾਂ ਦਾ ਸੁਭਾਅ ਬਹੁਤ ਹੀ ਅੱਛਾ ਸੀ ਬੜੇ ਅੱਛੇ ਤਰੀਕੇ ਨਾਲ ਮੈਨੂੰ ਉਹਨਾਂ ਸਮਝਾਇਆ ਵੀ ਇਹ ਜਿਹੜਾ ਆਪਰੇਸ਼ਨ ਦਾ ਤੇਰਾ ਖਰਚਾ ਵਾ ਉਹ ਇਸ ਤਰੀਕੇ ਨਾਲ ਕੰਮ ਸੇ ਕੰਮ ਹੋਏਗਾ ਅਤੇ ਇਲਾਜ ਵੀ ਵਧੀਆ ਹੋਏਗਾ ਇਸ ਕਰਕੇ ਮੈਨੂੰ ਉਹਨਾਂ ਦੇ ਕੋਈ ਗੱਲਾਂ ਕਰਨ ਦੇ ਉੱਤੇ ਤਸੱਲੀ ਹੋ ਗਈ ਅਤੇ ਮੈਂ ਆਪਰੇਸ਼ਨ ਕਰਾ ਦਿੱਤਾ ਮੈਨੂੰ ਕੋਈ ਇੰਨੀ ਜਾਣਕਾਰੀ ਨਹੀਂ ਸੀ ਮੇਰੀ ਸਰੀਰ ਦੀ ਹਾਲਤ ਬਹੁਤ ਖਰਾਬ ਸੀ ਮੈਨੂੰ ਇਸ ਹਸਪਤਾਲ ਦੇ ਵਿੱਚ ਆ ਕੇ ਕਾਫੀ ਰਾਹਤ ਮਿਲੀ ਆ ਸਸਤਾ ਵੀ ਕੰਮ ਹੋਇਆ ਹੈ ਅਤੇ ਇਹਨਾਂ ਮੇਰੀ ਸਰਜਰੀ ਕੀਤੀ ਆ ਮੇਰੀਆਂ ਜਿਹੜੀਆਂ ਮਜਬੂਰੀਆਂ ਸੀ ਉਹਨਾਂ ਨੂੰ ਦੂਰ ਕਰ ਦਿੱਤਾ ਵਾ ਹੋ ਸਕਦਾ ਮੈਂ ਆਉਣ ਵਾਲਾ ਜੀਵਨ ਜਿਹੜਾ ਵਾ ਬਹੁਤ ਵਧੀਆ ਸੁਚੱਜੇ ਢੰਗ ਨਾਲ ਜੀ ਸਕਾਂ ਮੈਂ ਤਾਂ ਇਹੋ ਉਮੀਦ ਲੈ ਕੇ ਆਇਆ ਸੀ ਇਹੋ ਉਮੀਦ ਲੈ ਕੇ ਜਾ ਰਿਹਾ ਅਤੇ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੀਆਂ ਮੈਨੂੰ ਦਵਾਈਆਂ ਵਗੈਰਾ ਦੇਣੀਆਂ ਸੀ ਲਾਉਣੀਆਂ ਸੀ ਅਤੇ ਉਹ ਲਵਾ ਰਹੇ ਸੀ ਮੇਰੇ ਹਿਸਾਬ ਦੇ ਨਾਲ ਉਹਨਾਂ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਰਹੀ ਜਿਸ ਕਰਕੇ ਮੈਂ ਇੰਨੀ ਛੇਤੀ ਠੀਕ ਹੋ ਸਕਿਆ ਮੈਂ ਤਾਂ ਇਹੋ ਹੀ ਦੱਸੂੰਗਾ ਵੀ ਜਿਸ ਤਰ੍ਹਾਂ ਇਹਨਾਂ ਨੇ ਮੇਰੀ ਸਰਜਰੀ ਕੀਤੀ ਆ ਇਹੋ ਜਿਹੇ ਸੁਚੱਜੇ ਢੰਗ ਦੇ ਨਾਲ ਹੀ ਤੁਸੀਂ ਆਪਣੇ ਕੰਮ ਕਰੋ ਅਤੇ ਵਧੀਆ ਤਰੀਕੇ ਨਾਲ ਕਾਮਯਾਬ ਹੋ ਕੇ ਵਿਖਾਓ ਉਹਨੂੰ ਮੈਂ ਇਹੋ ਗੱਲ ਕਹੂੰਗਾ ਵੀ ਤੈਨੂੰ ਸੋਚਣ ਸਮਝਣ ਦੀ ਜ਼ਰੂਰਤ ਨਹੀਂ ਜੀ ਆਹ ਮੇਰੀ ਦਾੜੀ ਵੱਲ ਵੇਖ ਚੁੱਪ ਕਰਕੇ ਜਾ ਕੇ ਸਰਜਰੀ ਕਰਾ ਲਾ ਉਹਦੇ ਵਿੱਚ ਇਹ ਸਾਰਿਆਂ ਹਸਪਤਾਲਾਂ ਨਾਲੋਂ ਸੇਫਟੀ ਦੇ ਕਾਬਲ ਆ ਅਤੇ ਸੇਫਟੀ ਯੋਗ ਆ